ਗੁਰੂ ਰੂਪ ਸਾਧ ਸੰਗਤ ਜੀ ਪੂਰੇ ਸਿੱਖ ਜਗਤ ਨਾਲ ਔਰ ਖਾਸ ਕਰ ਆਪਣੇ ਪ੍ਰਚਾਰਕ ਵੀਰਾਂ ਨਾਲ, ਖਾਸ ਕਰ ਰਾਗੀ ਸਿੰਘਾਂ ਨਾਲ ਇੱਕ ਮੈਂ ਗੱਲ ਸਾਂਝੀ ਕਰਨ ਲੱਗਾ, ਇੱਕ ਦੁੱਖ ਸਾਂਝਾ ਕਰਨ ਲੱਗਾ। ਇੱਕ ਉਹ ਧੋਖਾ ਜੋ ਮੇਰੇ ਨਾਲ ਹੋਇਆ ਔਰ ਉਹ ਤੁਹਾਡੇ ਨਾਲ ਨਾ ਹੋਵੇ, ਇਹ ਸਾਂਝਾ ਕਰਨ ਲੱਗਾ। 9891088491 ਇਸ ਨੰਬਰ ਤੋਂ ਮੈਨੂੰ ਫੋਨ ਆਇਆ। ਇਹ ਕੋਈ ਬਾਬਾ ਜੁਗਿੰਦਰ ਸਿੰਘ ਜਾਂ ਗਜਿੰਦਰ ਸਿੰਘ ਜਿਨ੍ਹਾਂ ਨੇ ਮੈਨੂੰ ਪ੍ਰੋਗਰਾਮ ਬੁੱਕ ਕਰਾਇਆ। ਇਹ ਪਿੰਡ ਖਿਜਰਾਬਾਦ ਬਿੰਦਰਖ ਪਿੰਡ ਦੇ ਲਾਗੇ ਰੋਪੜ ਦੇ ਏਰੀਏ 'ਚ। ਮੈਨੂੰ ਇਹਨਾਂ ਨੇ ਪਹਿਲਾਂ ਕੋਈ ਆਪਣੀ ਮਰਜ਼ੀ ਦੀ ਤਰੀਕ ਪੁੱਛੀ, ਮੇਰੇ ਕੋਲ ਟਾਈਮ ਨਹੀਂ ਸੀ। ਮੈਨੂੰ ਕਹਿਣ ਲੱਗੇ ਸੀ ਤੁਹਾਡਾ ਕੀਰਤਨ ਸੁਣਨਾ, ਤੁਸੀਂ ਆਪਣੀ ਮਰਜ਼ੀ ਦੀ ਡੇਟ ਦੇ ਦਿਓ। ਤੋਂ ਜਿਵੇਂ ਮੈਂ ਸਮਝਦਾ ਕਿ ਸ਼ਾਇਦ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਮੇਰਾ ਕੀਰਤਨ, ਜਾਂ ਸਾਹਿਬਜ਼ਾਦਿਆਂ ਦੇ ਗੀਤ ਸੁਣਦੇ ਨੇ ਮੇਰੇ ਕੋਲੋਂ, ਤੋਂ ਮੈਂ ਇਹਨਾਂ ਨੂੰ ਕੱਲ੍ਹ 24 ਮਾਰਚ ਦੀ ਆਪਣੀ ਡੇਟ 'ਚੋਂ ਖਾਲੀ ਸੀ ਉਹ ਦੇ ਦਿੱਤੀ। ਅਤੇ ਮੈਂ ਉਸ ਪਿੰਡ ਵਿੱਚ ਪਹੁੰਚਾ, ਮੈਂ ਲੇਟ ਪਹੁੰਚਾ। ਪਹਿਲੇ ਮੇਰਾ ਕੀਰਤਨ ਬੰਗੇ ਕਿਸੇ ਦੇ ਕਰਦਾ ਸੀ, ਉੱਥੋਂ ਮੈਂ ਫ੍ਰੀ ਹੋ ਕੇ, ਮੇਰਾ ਇਹ ਟਾਈਮ ਤਕਰੀਬਨ 2-3 ਸੀ ਇਹ ਜੋ ਖਿਜਰਾਬਾਦ ਪਿੰਡ ਵਿੱਚ ਕੀਰਤਨ ਸੀ। ਮੈਂ ਲੇਟ ਪਹੁੰਚਾ, ਮੈਂ 2:15 ਪਹੁੰਚਾ ਔਰ ਮੈਂ ਸਿੱਧਾ ਹੀ ਪਨਾਲ ਵਿੱਚ ਚਲਾ ਗਿਆ। ਮੈਨੂੰ ਪੁੱਛਿਆ ਵੀ ਗਿਆ ਕਿ ਤੁਸੀਂ ਜਲ ਪਾਣੀ, ਮੈਂ ਕਿਹਾ ਨਹੀਂ ਮੈਂ ਪਹਿਲਾਂ ਲੇਟ ਹਾਂ, ਮੈਂ ਚੱਲਦਾ। ਉਹਨਾਂ ਨੇ ਵੀ ਸਿੱਧੇ ਪਨਾਲ ਵਿੱਚ ਲੈ ਕੇ ਮੈਂ ਮੱਥਾ ਟੇਕਿਆ ਅਤੇ ਸਾਹਮਣੇ ਸਟੇਜ ਦੇ ਉੱਪਰ ਬਾਬਾ ਸ਼੍ਰੀ ਚੰਦ ਜੀ ਦੀ ਉਹਨਾਂ ਨੇ ਤਸਵੀਰ ਰੱਖੀ ਹੋਈ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਤੁਸੀਂ ਤਸਵੀਰ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਨਾ ਰੱਖੋ, ਇਹਨੂੰ ਥੱਲੇ ਰੱਖ ਦਿਉ ਜੇ ਤੁਹਾਡੀ ਸ਼ਰਧਾ। ਉਹਨਾਂ ਨੇ ਚੁੱਕ ਕੇ ਅਤੇ ਇੱਕ ਸਾਈਡ 'ਤੇ ਕਰ ਦਿੱਤੀ। ਫਿਰ ਮੈਂ ਬਹੁਤੀ ਜਿੱਦ ਨਹੀਂ ਕੀਤੀ, ਮੈਂ ਕਿਹਾ ਵੀ ਕਈ ਵਾਰੀ ਕਿਸੇ ਦੀ ਭਾਵਨਾ ਦਾ ਲਿਹਾਜ ਬਹੁਤ ਵਧੀਆ ਆ ਜਾਂਦਾ। ਖੈਰ ਉਹਨਾਂ ਨੇ ਇੱਕ ਸਾਈਡ 'ਤੇ ਕਰ ਦਿੱਤੀ। ਮੈਂ ਕੀਰਤਨ ਕੀਤਾ ਤਕਰੀਬਨ 1 ਘੰਟਾ। ਮੈਨੂੰ ਇਹ ਕਿਹਾ ਗਿਆ ਕਿ ਇੱਕ ਸ਼ਬਦ ਸੁਣਾ ਦਿਉ ਔਰ ਬਾਕੀ ਸਾਹਿਬਜ਼ਾਦਿਆਂ ਦੇ ਗੀਤ ਅਕਸਰ ਆਪ ਜੀ ਸੁਣਦੇ ਹੋ। ਤਾਂ ਮੈਂ ਸ਼ਬਦ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਗਾ ਕੇ ਕੁਛ ਵਿਚਾਰ ਵੀ ਸਾਂਝੀ ਕੀਤੀ। ਸਾਨੂੰ ਨਿਤਨੇਮ ਨਾਲ ਜੁੜਨਾ ਚਾਹੀਦਾ, ਅੰਮ੍ਰਿਤਧਾਰੀ ਹੋਣਾ ਚਾਹੀਦਾ, ਗੁਰੂ ਵਾਲੇ ਹੋਣਾ ਚਾਹੀਦਾ। ਬਾਣੀ ਸਾਨੂੰ ਸਭ ਕੁਛ ਦਿੰਦੀ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਸੀਂ ਜੁੜਨਾ। ਖੈਰ ਉਹ ਮੈਂ ਮੁੜ ਕੇ ਲਾਲਾਂ ਦੀ ਸਬਜੈਕਟ ਜੋ ਤੁਸੀਂ ਸੁਣਦੇ ਹੋ ਮੈਂ ਸ਼ੁਰੂ ਕੀਤਾ। ਅਰਦਾਸ ਹੋਈ, ਜਦ ਹੁਕਮਨਾਮਾ ਲਿਆ ਤਾਂ ਮੇਰੇ ਰੌਂਗਟੇ ਖੜ੍ਹੇ ਹੋ ਗਏ ਔਰ ਮੈਨੂੰ ਇੰਝ ਲੱਗਾ ਕਿ ਮੈਂ ਕਿਸੇ ਬਹੁਤ ਡੂੰਘੀ ਖੱਡ ਵਿੱਚ ਡਿੱਗਿਆ, ਕਿਉਂਕਿ ਉਹ ਜੋ ਹੁਕਮਨਾਮਾ ਲਿਆ ਗਿਆ ਉਹ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਸੀ, ਉਹਨਾਂ ਦਾ ਕੋਈ ਆਪਣਾ ਹੀ ਗ੍ਰੰਥ ਸੀ। ਮੇਰੇ ਤਾਂ ਹੋਸ਼ ਉੱਡ ਗਏ ਵੀ ਮੈਂ ਮੱਥਾ ਵੀ ਟੇਕਿਆ, ਦੇਖਣ ਵਿੱਚ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ, ਉਸ ਤਰ੍ਹਾਂ ਹੀ ਬੈਠਾ ਕੋਈ ਬੰਦਾ ਚੌਰ ਕਰ ਰਿਹਾ ਵਿੱਚ ਬੈਠਾ। ਮੈਨੂੰ ਗੁੱਸਾ ਤਾਂ ਬੜਾ ਚੜਿਆ ਪਰ ਮੈਂ ਕਰ ਕੁਛ ਨਹੀਂ ਸਕਿਆ। ਮੈਂ ਸਿਰਫ ਉੱਥੋਂ ਉੱਠਿਆ, ਮੈਨੂੰ ਕਹਿਣ ਲੱਗੇ ਲੰਗਰ ਛਕੋ, ਮੈਂ ਕਿਹਾ ਮੈਂ ਲੰਗਰ ਨਹੀਂ ਛਕਣਾ। ਉਹਦਾ ਇੱਕ ਸੇਵਕ ਮੈਨੂੰ ਛੱਡਣ ਵਾਸਤੇ ਆਇਆ, ਉਹਨੇ ਮੈਂ ਕਿਹਾ ਆਪਣੇ ਬਾਬੇ ਨੂੰ ਕਹਿ ਦੇ ਤੂੰ ਧੋਖਾ ਕੀਤਾ ਮੇਰੇ ਨਾਲ, ਮੁੜ ਕੇ ਮੈਨੂੰ ਬੁਲਾਈ ਨਾ, ਨਾ ਮੈਨੂੰ ਫੋਨ ਕਰੀ। ਪਰ ਮੇਰੀ ਇੰਝ ਲੱਗਦਾ ਸੀ ਮੈਂ ਕੱਲ੍ਹ ਕਿਤੇ ਜ਼ਮੀਰ ਵੇਚ ਦਿੱਤੀ ਹੈ।
ਆਪਣੇ ਆਪ ਨੂੰ ਮੈਂ ਬਹੁਤ ਵੱਡਾ ਦੋਸ਼ੀ ਸਮਝਦਾ ਔਰ ਮੈਂ ਆਪਣੇ ਪ੍ਰਚਾਰਕ ਵੀਰਾਂ ਨੂੰ ਇਹ ਬੇਨਤੀ ਕਰਨਾ ਕਿ ਭਰਾਵੋ ਅਸੀਂ ਦੇਖ ਹੀ ਲਿਆ ਕਰੀਏ। ਸੱਚੀ ਗੱਲ ਤਾਂ ਇਹ ਹੈ ਕਿ ਮੈਂ ਭੁਲੇਖਾ ਖਾ ਗਿਆ ਕਿਉਂਕਿ ਆਕਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਕੁਛ ਉਂਝ, ਔਰ ਬੈਠੇ ਹੋਏ ਸਿੱਖ ਸਨ ਉੱਥੇ ਜੋ ਕੀਰਤਨ ਸੁਣਦੇ ਸਨ। ਤਾਂ ਮੈਨੂੰ ਇਹ ਸੀ ਕਿ ਜਿਵੇਂ ਅਸੀਂ ਸੰਤਾਂ ਦੇ ਜਾਂਦੇ ਹੀ ਹਾਂ, ਕਈਆਂ ਸੰਤਾਂ ਦੇ ਅਸੀਂ ਕੀਰਤਨ ਕਰਨ ਵਾਸਤੇ ਜਾਂਦੇ ਹਾਂ ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੁੰਦਾ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਂਝੀ ਮਾਣ ਸਤਿਕਾਰ ਔਰ ਉੱਚਾ ਰੱਖਿਆ ਜਾਂਦਾ, ਉੱਥੇ ਮੈਂ ਜਾਂਦਾ ਕੀਰਤਨ ਕਰਨ ਵਾਸਤੇ। ਕਦੇ ਇਸ ਤਰ੍ਹਾਂ ਦੀ ਮੇਰੇ ਨਾਲ ਪਹਿਲੀ ਵਾਰੀ ਧੋਖਾ ਹੋਇਆ ਜ਼ਿੰਦਗੀ ਵਿੱਚ, ਔਰ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਗੁਨਾਹਗਾਰ ਸਮਝਦਾ। ਮੈਂ ਸਿੱਖ ਜਗ ਤੋਂ ਇਸ ਗੱਲ ਦੀ ਮਾਫ਼ੀ ਮੰਗਦਾ। ਔਰ ਜਿਹਨਾਂ ਗੁਰਸਿੱਖਾਂ ਨੂੰ ਇਹ ਪਤਾ ਲੱਗੇਗਾ, ਉਹਨਾਂ ਦਾ ਜੋ ਮਸਾਂ ਬਣਿਆ ਹੋਇਆ ਵਿਸ਼ਵਾਸ ਇੱਕ ਰਾਗੀ ਜਥੇ 'ਤੇ ਇਸੇ ਕੀਰਤਨ 'ਤੇ ਕੀਰਤਨੀਏ ਤੋਂ ਜ਼ਰੂਰ ਟੁੱਟੇਗਾ। ਸਜ਼ਾ ਮੈਨੂੰ ਸਿੱਖ ਕੌਮ ਜੋ ਮਰਜ਼ੀ ਦੇ ਦੇਵੇ, ਪਰ ਮੈਂ ਆਪਣੇ ਗੁਰੂ ਨੂੰ ਹਾਜ਼ਰ ਨਾ ਜੇ ਸਮਝ ਕੇ ਗੱਲ ਕਰਾਂ, ਮੈਂ ਜਾਣ ਕੇ ਨਹੀਂ ਕੀਤਾ ਕੁਛ ਵੀ, ਨਾ ਹੀ ਇਸ ਤਰ੍ਹਾਂ ਦੀ ਮੇਰੇ ਤੋਂ ਕੋਈ ਉਮੀਦ ਰੱਖਿਓ। ਇਹ ਜ਼ਰੂਰ ਹੈ ਕਿ ਅਸੀਂ ਮਾਇਆ ਨੂੰ ਧੰਦਾ ਬਣਾਇਆ ਹੋਇਆ, ਪਰ ਮੈਂ ਆਪਣੇ ਆਪ ਨੂੰ ਇਹਨਾਂ ਗੱਲਾਂ ਤੋਂ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦਾ। ਕਦੇ ਮਾਇਆ ਪਿੱਛੇ ਮੈਂ ਆਪਣੀ ਜ਼ਮੀਰ ਵਿੱਚ ਹੀ ਨਹੀਂ। ਤਾਂ ਮੈਂ ਉੱਥੋਂ ਦੀਆਂ ਸੰਗਤਾਂ ਨੂੰ ਵੀ ਇਹ ਗੱਲ ਆਖਦਾ ਕਿ ਤੁਸੀਂ ਵੀ ਥੋੜ੍ਹਾ ਧਿਆਨ ਰੱਖਿਆ ਕਰੋ। ਸਾਨੂੰ ਤਾਂ ਪਤਾ ਨਹੀਂ, ਮੈਂ ਸਟੇਜ ਤੋਂ ਇਹ ਗੱਲ ਕਹੀ ਕਿ ਮੈਂ ਪਹਿਲੀ ਵਾਰੀ ਇਸ ਇਲਾਕੇ ਵਿੱਚ ਆਇਆ, ਰੋਪੜ ਦੇ ਉਸ ਏਰੀਏ 'ਚ, ਬਿੰਦਰਖ ਪਿੰਡ, ਬਿੰਦਰਖੀਆ ਦਾ ਮਸ਼ਹੂਰ ਸੀ ਬੰਦਾ, ਉਹਦੇ ਲਾਗੇ ਖਿਜ਼ਰਾਬਾਦ ਜਿੱਥੇ ਗੁਰੂ ਸਾਹਿਬ ਵੀ ਆਏ। ਪਰ ਮੈਨੂੰ ਗੁਰਸਿੱਖਾਂ ਦੇ ਬਾਅਦ 'ਚ ਉੱਥੋਂ ਦੇ ਫੋਨ ਵੀ ਆਏ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਯਾਰੋ ਤੁਸੀਂ, ਤੁਹਾਨੂੰ ਪਤਾ ਹੈ ਕਿ ਬਾਬਾ ਇਸ ਤਰ੍ਹਾਂ ਦਾ? ਮੈਨੂੰ ਤਾਂ ਬਿਲਕੁਲ ਨਹੀਂ ਪਤਾ, ਜੇ ਮੈਂ ਕੁਛ ਦੇਖ ਵੀ ਲੈਂਦਾ ਬਾਈ ਚਾਂਸ, ਮੈਂ ਲੇਟ ਹੋ ਗਿਆ ਸਿੱਧਾ ਹੀ ਪੰਡਾਲ ਵਿੱਚ ਚਲਿਆ ਗਿਆ, ਔਰ ਜੇ ਮੈਂ ਕੁਛ ਦੇਖ ਲੈਂਦਾ ਮੈਂ ਤਾਂ ਵੀ ਉੱਥੋਂ ਕੀਰਤਨ ਨਾ ਕਰਦਾ। ਇਸ ਤਰ੍ਹਾਂ ਕਈ ਵਾਰੀ ਹੁੰਦੀ ਜਦੋਂ ਅਸੀਂ ਇਸ ਤਰ੍ਹਾਂ ਕੁਛ ਦੇਖਦੇ ਹਾਂ, ਅਸੀਂ ਵਾਪਸ ਆ ਜਾਂਦੇ ਹਾਂ। ਸਾਡੇ ਲਈ ਸਭ ਕੁਛ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ, ਬਾਕੀ ਸਭ ਕੁਛ ਬਾਅਦ ਵਿੱਚ। ਤਾਂ ਮੈਂ ਬੇਨਤੀ ਕਰਾਂਗਾ ਆਲੇ ਦੁਆਲੇ ਦੀਆਂ ਸਿੱਖ ਸੰਗਤਾਂ ਨਾਲ ਵੀ ਕਿ ਤੁਸੀਂ ਵੀ ਧਿਆਨ ਰੱਖਿਆ ਕਰੋ, ਜੇ ਕੋਈ ਅਣਜਾਣਪੁਣੇ ਵਿੱਚ ਫਸਦਾ ਉਹਨੂੰ ਪਹਿਲਾਂ ਗੇਟ 'ਤੇ ਦੱਸ ਦਿਓ ਭਰਾਓ ਇਹ ਤੁਹਾਡੇ ਆਉਣ ਵਾਲੀ ਜਗ੍ਹਾ ਨਹੀਂ ਹੈਗੀ, ਇਹ ਬਾਬਾ ਹੈ। ਮੈਨੂੰ ਪਤਾ ਲੱਗਾ ਕਿ ਜਾਦੂ ਟੂਣੇ ਵੀ ਕਰਦਾ, ਭੂਤ ਭੂਤਨੇ ਵੀ ਕੱਢਦਾ। ਮੈਂ ਉਸ ਬਾਬੇ ਨੇ ਵੀ ਕਹਿਣਾ, ਬਾਬਾ ਤੇਰੇ ਨਾਲੋਂ ਵੱਡਾ ਕੋਈ ਭੂਤਣਾ ਨਹੀਂ, ਤੂੰ ਜਿਉਂਦਾ ਵੀ ਭੂਤ ਹੈ, ਮਰ ਕੇ ਵੀ ਤੂੰ ਭੂਤ ਹੀ ਬਣਨਾ। ਤੂੰ ਧੋਖਾ ਮੈਨੂੰ ਵੀ ਦਿੱਤਾ, ਉੱਥੇ ਬੈਠੇ ਸਿੱਖ ਸੰਗਤਾਂ ਨੂੰ ਵੀ ਭੁਲੇਖਾ ਪਾਇਆ ਹੋਇਆ ਕਿ ਸ਼ਾਇਦ ਉਹ ਵੀ ਮੱਥਾ ਟੇਕੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ, ਹੁਣ ਰੁਮਾਲੇ ਚੁੱਕੇ ਤਾਂ ਕਿਸੇ ਨੇ ਦੇਖਣਾ ਨਹੀਂ। ਇਹ ਤਾਂ ਉਦੋਂ ਹੀ ਮੈਨੂੰ ਪਤਾ ਲੱਗਾ ਜਦੋਂ ਹੁਕਮਨਾਮਾ ਲਿਆ ਵੀ ਮੇਰਾ ਗੁਰੂ ਨਹੀਂ ਬੋਲਦਾ, ਇੱਥੇ ਕੋਈ ਹੋਰ ਬੋਲਦਾ। ਪਰ ਉਦੋਂ ਤੱਕ ਦੇਰ ਵੀ ਹੋ ਗਈ ਸੀ, ਵਕਤ ਵੀ ਲੰਘ ਗਿਆ ਸੀ। ਮੈਂ ਬੇਨਤੀ ਕਰਾਂਗਾ ਸਾਰੀਆਂ ਸਿੱਖ ਸੰਗਤਾਂ ਨੂੰ, ਜਾਗਰੂਕ ਹੋਈਏ। ਅਜੇ ਸਰਸੇ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰਦਾ, ਉਸ ਤਰ੍ਹਾਂ ਦੀ ਸਾਂਗ ਵਰਤਾਉਂਦਾ ਹੁਣ ਲੋਕਾਂ ਨੇ, ਇਸ ਤਰ੍ਹਾਂ ਲੋਕਾਂ ਨੂੰ, ਸਿੱਖਾਂ ਨੂੰ ਭੁਲੇਖਾ ਪਾ ਕੇ ਕਿ ਦੇਖੋ ਜੇ ਭਾਈ ਮਨਿੰਦਰ ਸਿੰਘ ਇਸ ਗ੍ਰੰਥ ਨੂੰ ਮੱਥਾ ਟੇਕ ਸਕਦਾ ਤਾਂ ਅਸੀਂ ਵੀ ਟੇਕ ਸਕਦੇ। ਕੋਈ ਮਨਿੰਦਰ ਸਿੰਘ ਨੂੰ ਪਤਾ ਹੀ ਨਹੀਂ ਕਿ ਮੇਰਾ ਗੁਰੂ ਨੇ, ਉੱਥੇ ਕੁਛ ਹੋਰ ਸੀ। ਸੋ ਮੈਂ ਬੇਨਤੀ ਕਰਾਂਗਾ ਆਪਣੇ ਰਾਗੀ ਸਿੰਘਾਂ ਨੂੰ, ਥੋੜ੍ਹਾ ਜਿਹਾ ਅਸੀਂ ਸਚੇਤ ਹੋਈਏ, ਮੇਰੀ ਵੀ ਗਲਤੀ ਹੈ, ਮੈਨੂੰ ਅਣਜਾਣਪੁਣੇ 'ਚ ਕਦੇ ਇੱਦਾਂ ਸੋਚਿਆ ਹੀ ਨਹੀਂ ਸੀ ਕਿ ਇੰਝ ਹੋਏਗਾ। ਸੋ ਮੈਂ ਉੱਥੇ ਕਰ ਕੁਛ ਨਹੀਂ ਸਕਿਆ, ਇਹਦੀ ਵੀ ਇੱਕ ਵਜ੍ਹਾ। ਮੈਂ ਅੱਗੇ ਇੱਕ ਵਾਰੀ ਇੱਕ ਸੰਤਾਪ ਹੰਢਾ ਚੁੱਕਾ, ਇੱਕ ਬਾਬਾ ਹਰਚਰਨ ਸਿੰਘ ਆਪਣੇ ਆਪ ਨੂੰ ਖਾਲਸਾ ਹੀ ਕਹਿੰਦੇ ਨੇ, ਗੜਦੀਵਾਲ ਦੇ ਇਲਾਕੇ ਵਿੱਚ ਜਿਹੜੇ ਪ੍ਰਸ਼ਾਦਾ ਨਹੀਂ ਛਕਦੇ, ਉਹਨਾਂ ਦੇ ਪਿੰਡ ਵਿੱਚ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ, ਪ੍ਰੇਮ ਸਿੰਘ ਪ੍ਰੀਤਮ ਵਾਲੇ ਨੇ ਕੀਤੀ।
ਕਸੂਰ ਮੇਰਾ ਸਿਰਫ ਇਹ ਸੀ ਕਿ ਮੈਂ ਕਿਤਿਓਂ ਰਾਗ ਸਿੱਖ ਕੇ ਬਾਕਾਇਦਾ ਕੀਰਤਨ ਸਿੱਖ ਕੇ ਕੀਰਤਨ ਨਹੀਂ ਕਰਦਾ। ਇਹ ਗੱਲ ਕਿਤੇ ਮੈਂ ਪਹਿਲਾਂ ਕਹੀ ਹੋਈ ਸੀ। ਉਹਨਾਂ ਨੇ ਉਸ ਗੱਲ ਨੂੰ ਆਧਾਰ ਬਣਾ ਕੇ ਮੈਨੂੰ ਕੈਸਟ ਸੁਣਾ ਦਿੱਤੀ। ਉਸ ਕੈਸਟ ਵਿੱਚ ਇਹ ਕਿਹਾ ਗਿਆ ਕਿ ਮਨਿੰਦਰ ਸਿੰਘ ਨਗੋਰਾ ਹੈ, ਨਗੋਰੇ ਦਾ ਨਾਂ ਬੁਰਾ ਹੈ, ਇਹਦਾ ਤੁਸੀਂ ਕੀਰਤਨ ਨਾ ਸੁਣਿਆ ਕਰੋ। ਮੇਰੇ ਤੋਂ ਪਹਿਲਾਂ ਜਾਣ ਬੁੱਝ ਕੇ ਉਹ ਸਾਰਾ ਡਰਾਮਾ ਕੀਤਾ। ਮੈਨੂੰ ਉਸ ਬਾਬੇ ਪ੍ਰੇਮ ਸਿੰਘ ਪ੍ਰੀਤਮਪੁਰ ਵਾਲੇ ਨੇ ਸਟੇਜ 'ਤੇ ਇਹ ਗੱਲ ਕਹੀ ਕਿ ਇਹ ਕੰਜਰ ਹੈ ਔਰ ਇਹਨਾਂ ਨੂੰ ਇਹ ਕੰਜਰਾਂ ਦੀਆਂ ਤਰਜ਼ਾਂ 'ਤੇ ਸ਼ਬਦ ਪੜ੍ਹਦੇ ਨੇ, ਇਹਨਾਂ ਨੂੰ ਸੁਣਨ ਵਾਲੇ ਅਤੇ ਇਹਨਾਂ ਨੂੰ ਹੋਰ ਰਾਗੀ ਸਿੰਘ ਗਾਉਣ ਵਾਲੇ ਉਹ ਵੀ ਕੰਜਰ ਨੇ, ਇਹਨਾਂ ਦੇ ਕਰਕੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ। ਔਰ ਉਸ ਵੇਲੇ ਮੈਂ ਅਕਾਲ ਤਖ਼ਤ 'ਤੇ ਗਿਆ, ਬੜੀ ਕੋਸ਼ਿਸ਼ ਕੀਤੀ ਕਿ ਸਿੱਖ ਸੰਸਥਾਵਾਂ ਨੂੰ ਨਾਲ ਲਵਾਂ, ਪਰ ਮੇਰੀ ਕਿਸੇ ਨੇ ਨਹੀਂ ਸੁਣੀ ਸਿਵਾਏ ਮੇਰੇ ਰਾਗੀ ਸਿੰਘਾਂ ਦੇ। ਜੋ ਰਾਗੀ ਜਥੇ ਨੇ ਕਮੇਟੀਆਂ ਬਣੀਆਂ, ਉਹਨਾਂ ਨੇ ਪਟਿਆਲੇ ਵਾਲੀ ਰਾਗੀ ਸਭਾ ਆਈ ਔਰ ਇੱਕ ਲੁਧਿਆਣੇ ਤੋਂ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਔਰ ਬੀਬੀ ਬਲਜੀਤ ਕੌਰ ਖਾਲਸਾ ਜੀ ਨੇ ਮੇਰਾ ਸਾਥ ਦਿੱਤਾ। ਮਸਾਂ ਜਾ ਕੇ ਅਸੀਂ ਅਕਾਲ ਤਖ਼ਤ 'ਤੇ ਆਪਣੀ ਗੱਲ ਰੱਖੀ ਔਰ ਉਹਨਾਂ ਨੇ ਵੀ ਕੁਛ ਨਹੀਂ ਕੀਤਾ। ਤਾਂ ਮੈਨੂੰ ਇਹ ਮੇਰਾ ਤਜ਼ਰਬਾ ਇਹ ਸੀ ਕਿ ਸਿੱਖਾਂ ਦੇ ਸਾਹਮਣੇ ਜੇ ਮੈਂ ਕੁਛ, ਮੇਰੀ ਇੰਨੀ ਬੇਇੱਜ਼ਤੀ ਹੋਈ, ਇੰਨਾ ਕੁਛ ਮੈਨੂੰ ਆਖਿਆ, ਮੈਂ ਕਹਿ ਕੇ ਵੀ ਆਇਆ ਸੰਗਤ ਵਿੱਚ ਕਿ ਸਾਧ ਸੰਗਤ ਤੁਹਾਡੇ ਕੀਰਤਨੀ ਨੂੰ ਇਸ ਬੰਦੇ ਨੇ ਕੰਜਰ ਕਿਹਾ, ਕੋਈ ਨਹੀਂ ਬੋਲਿਆ। ਹੁਣ ਵੀ ਜੇ ਮੈਂ ਉੱਥੇ ਖੜ ਕੇ ਬੋਲਦਾ ਉਹਨਾਂ ਨੇ ਕੁਛ ਨਹੀਂ ਸੀ ਬੋਲਣਾ। ਇਹ ਵੀ ਹੋ ਸਕਦਾ ਕਿ ਉੱਥੇ ਮੈਨੂੰ ਮਾਰ ਕੇ ਜੋ ਮਰਜ਼ੀ ਇਲਜ਼ਾਮ ਲਾ ਦਿੰਦੇ, ਮਰੇ ਹੋਏ ਬੰਦੇ ਦਾ ਕੋਈ ਮੁੜ ਕੇ ਕਿਸੇ ਨੇ ਸਬੂਤ ਤਾਂ ਦੇਣਾ ਨਹੀਂ ਸੀ, ਜੋ ਮਰਜ਼ੀ ਕਹਿ ਦਿੰਦੇ, ਸਾਡੀਆਂ ਧੀਆਂ ਭੈਣਾਂ ਛੇੜਦਾ ਸੀ ਤਾਂ ਮਾਰ ਦਿੱਤਾ, ਕੁਛ ਵੀ ਕਹਿ ਸਕਦੇ। ਉਹ ਇਲਜ਼ਾਮ ਵੀ ਮੇਰੇ ਮਰੇ 'ਤੇ ਵੀ ਨਾਲ ਰਹਿਣਾ ਸੀ। ਇਸ ਕਰਕੇ ਮੈਂ ਉਹ ਵਕਤ ਵਿਚਾਰ ਕੇ ਉੱਥੋਂ ਵੀ ਨਿਕਲ ਆਇਆ, ਇੱਥੋਂ ਵੀ ਨਿਕਲ ਆਇਆ। ਇਹ ਮਜਬੂਰੀ ਹੈ ਸਾਡੀ, ਕਿਉਂਕਿ ਸਾਨੂੰ ਸਾਡੀ ਪਿੱਠ ਪਿੱਛੇ ਵੀ ਕੋਈ ਨਹੀਂ, ਸੰਸਥਾ ਐਸੀ ਕੋਈ ਨਹੀਂ ਕਿ ਅਸੀਂ ਕਿਸੇ 'ਤੇ ਕਹੀਏ, ਮਾਣ ਕਰੀਏ ਕਿ ਸਾਨੂੰ ਉਹ ਛੁਡਾ ਲੈਣਗੇ ਜੇ ਸਾਡੀ ਗੱਲ ਸੁਣਨਗੇ। ਉਦੋਂ ਵੀ ਮੈਂ ਅਕਾਲ ਤਖ਼ਤ 'ਤੇ ਗਿਆ, ਕੋਈ ਬਹੁਤੀ ਗੱਲ ਨਹੀਂ, ਹੁਣ ਤਾਂ ਵੈਸੇ ਹੀ ਕੁਛ ਉੱਥੇ ਹਾਲ ਹੀ ਕੋਈ ਨਹੀਂ, ਤੁਹਾਡੇ ਸਾਹਮਣੇ ਹੀ ਸਾਰਾ ਕੁਛ, ਸਾਨੂੰ ਇਨਸਾਫ਼ ਮਿਲਣ ਦੀ ਕਿਤੋਂ ਆਸ ਹੀ ਨਹੀਂ ਹੈ। ਸੋ ਮੈਂ ਬੇਨਤੀ ਕਰਾਂਗਾ, ਮੇਰੇ ਤੋਂ ਗਲਤੀ ਹੋਈ, ਉਹਦੀ ਮੈਂ ਮਾਫ਼ੀ ਮੰਗਦਾ, ਚਾਹੇ ਜਿਵੇਂ ਵੀ ਹੋਈ ਮੈਂ ਕਸੂਰਵਾਰ ਹਾਂ। ਔਰ ਰਾਗੀ ਸਿੰਘਾਂ ਨੂੰ ਮੈਂ ਸਾਰੇ ਪ੍ਰਚਾਰਕਾਂ ਨੂੰ ਬੇਨਤੀ ਕਰਦਾ ਕਿ ਐਸੇ ਲੋਕਾਂ ਨੂੰ ਅਸੀਂ ਪਛਾਣ ਕੇ ਜਾਇਆ ਕਰੀਏ ਜਿੱਥੇ ਮੇਰਾ ਗੁਰੂ ਨਾ ਹੋਵੇ, ਜਿੱਥੇ ਮੇਰੇ ਗੁਰੂ ਦਾ ਸਤਿਕਾਰ ਨਾ ਹੋਵੇ, ਉੱਥੋਂ ਸਾਨੂੰ ਕੋਈ ਕਿਸੇ ਚੀਜ਼ ਦਾ ਲਾਲਚ ਨਾ ਹੋਵੇ। ਇੰਨੀ ਕੁ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।